ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਉਮੀਦ ਹੈ ਚੰਗੇ ਹੋਣਗੇ। ਮੇਰਾ ਨਾਮ ਗੁਰਮੁਖ, ਤੁਸੀਂ ਵੇਖ ਰਹੇ ਹੋ ਭੰਗੜਾ ਔਨਲਾਈਨ। ਅਤੇ ਜੋ ਵੀ ਭੰਗੜੇ ਦਾ ਸ਼ੌਂਕ ਰੱਖਦੇ ਹੈ, ਉਹ ਸਾਰੇ ਇਹ ਜਾਣਨਾ ਚਾਹੁੰਦੇ ਹੈ ਕਿ ਸਟੈਪਾਂ ਦੇ ਨਾਮ ਕੀ ਹੈ। ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਆਪਣਾ ਭੰਗੜਾ ਹੈ, ਭੰਗੜੇ ਦੇ ਇੰਟਰਨੈਸ਼ਨਲ ਸਟੈਪ ਹੈ, ਉਹ ਸਾਰੇ ਸਟੈਪਾਂ ਦੇ ਨਾਮ ਹੈ ਜਿਹੜੇ ਇੰਟਰਨੈਸ਼ਨਲ ਹੈ, ਜਿਨ੍ਹਾਂ ਤੋਂ ਭੰਗੜਾ ਬਣਿਆ ਹੈ। ਭੰਗੜਾ ਪਾਉਂਦੇ ਹੋਏ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ, ਭੰਗੜਾ ਬਹੁਤ ਸੋਹਣਾ ਪਾਉਂਦੇ ਹੈ। ਅਤੇ ਬਹੁਤ ਸਾਰੇ ਲੋਕ ਹੈ ਭੰਗੜਾ ਸਿਖਾਉਣ ਵਾਲੇ, ਜਿਹੜੇ ਸਿਖਾਉਂਦੇ ਬਹੁਤ ਸੋਹਣਾ ਹੈ। ਲੇਕਿਨ ਭੰਗੜੇ ਦੇ ਸਟੈਪ ਦੇ ਨਾਮ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਕਿ ਕਿਹੜੇ ਸਟੈਪ ਦਾ ਕੀ ਨਾਂ ਹੈ, ਕਿਹੜੇ ਦਾ ਕੀ ਹੈ। ਮੈਂ ਤੁਹਾਨੂੰ ਸਾਰੇ ਸਟੈਪਾਂ ਦੇ ਨਾਮ ਦੱਸਾਂਗਾ। ਅਗਰ ਤੁਸੀਂ ਕਮੈਂਟ ਕਰੋਗੇ, ਜਿਹੜੇ ਸਟੈਪ ਦਾ ਨਾਂ ਕਮੈਂਟ ਬੋਕਸ 'ਚ ਸਭ ਤੋਂ ਜ਼ਿਆਦਾ ਹੋਏਗਾ, ਮੈਂ ਉਸ ਸਟੈਪ 'ਤੇ ਸਭ ਤੋਂ ਪਹਿਲੇ ਵੀਡੀਓ ਬਣਾਵਾਂਗਾ। ਅਤੇ ਜਿਹੜਾ ਅੱਜ ਆਪਾਂ ਭੰਗੜੇ ਦਾ ਸਟੈਪ ਸਿੱਖਣਾ, ਸਟੈਪ ਦਾ ਨਾਮ ਹੈ ਫਸਲਾਂ। ਸਟੈਪ ਆਪਣਾ ਸ਼ੁਰੂ ਹੋਣਾ ਹੈ ਲੈਫਟ ਲੈਗ ਤੋਂ, ਯਾਨੀ ਕਿ ਖੱਬੀ ਲੱਤ ਤੋਂ। ਅਤੇ ਸਟੈਪ ਸਿਖਾਊਂਗਾ ਮੈਂ ਤੁਹਾਨੂੰ ਓਰੀਜਨਲ ਸਟਾਈਲ 'ਚ, ਇਸ ਕਰਕੇ ਇੱਕ ਲਾਈਕ ਤਾਂ ਬਣਦਾ ਹੈ। ਅਤੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹ ਬਿਲਕੁਲ ਫ੍ਰੀ ਹੈ। ਜਦ ਲੱਗਣ ਲੱਗ ਜਾਣੇ ਆ ਪੈਸੇ, ਉਦੋਂ ਤੁਸੀਂ ਪਛਤਾਉਣਾ ਕਿ ਅਸੀਂ ਸਬਸਕ੍ਰਾਈਬ ਕਿਉਂ ਨਹੀਂ ਕਰਿਆ। ਹੁਣ ਫ੍ਰੀ ਹੈ ਅਤੇ ਇਸ ਕਰਕੇ ਸਬਸਕ੍ਰਾਈਬ ਕਰ ਲਓ। ਅਤੇ ਆ ਜਾਓ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਸਟੈਪ। ਸਭ ਤੋਂ ਪਹਿਲੇ ਆਪਾਂ ਕੀ ਕਰਨਾ, ਲੈਫਟ ਲੈਗ ਚੱਕਣੀ ਹੈ ਅਤੇ ਰਾਈਟ ਲੈਗ ਵਾਲੀ ਸਾਈਡ ਇੱਦਾਂ ਅੰਦਰ ਵਾਲੀ ਸਾਈਡ ਮੋੜਨੀ ਹੈ 1, ਸੇਮ ਰਾਈਟ ਮੋੜਨੀ ਹੈ ਲੈਫਟ ਵਾਲੀ ਸਾਈਡ 2। ਮੈਂ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਵਿਖਾ ਦਿੰਦਾ। ਆਪਾਂ ਲੈਫਟ ਲੈਗ ਚੱਕਣੀ ਹੈ, ਰਾਈਟ ਵਾਲੀ ਲੈਗ ਵਾਲੀ ਸਾਈਡ ਮੋੜਨੀ ਹੈ ਇੱਦਾਂ 1, ਅਤੇ ਹਲਕੀ ਜਿਹੀ ਆਪਣੀ ਬੋਡੀ ਵੀ ਰਾਈਟ ਸਾਈਡ ਜਾਏਗੀ ਇੱਦਾਂ 1, ਠੀਕ ਹੈ। ਅਤੇ ਸੇਮ ਆਪਾਂ ਰਾਈਟ ਵਾਲੀ ਲੈਗ ਮੋੜਨੀ ਹੈ ਲੈਫਟ ਵਾਲੀ ਸਾਈਡ, ਅਤੇ ਬੋਡੀ ਵੀ ਹਲਕੀ ਆਪਣੀ ਲੈਫਟ ਵਾਲੀ ਸਾਈਡ ਇੱਦਾਂ ਜਾਏਗੀ। ਇਹ ਹੋਏਗਾ 1, 2, 1, 2। ਪੈਰ ਚੱਲਣਗੇ ਆਪਣੇ ਇੱਦਾਂ, ਪੈਰ ਚੱਲਣਗੇ ਆਪਣੇ 4 ਦੀ ਗਿਣਤੀ 'ਚ, ਯਾਨੀ ਕਿ 4 ਦੀ ਕਾਊਂਟਿੰਗ 'ਚ ਪੈਰ ਚੱਲਣਗੇ ਆਪਣੇ, ਓਕੇ। ਅਤੇ ਹੁਣ ਗੱਲ ਕਰਦੇ ਹਾਂ ਹੱਥਾਂ ਦੀ, ਹੱਥ ਆਪਣੇ ਕਿੱਦਾਂ ਚੱਲਣੇ। ਅਤੇ ਇਸ ਸਟੈਪ 'ਚ ਕੀ ਕਰਨਾ ਹੈ, ਆਪਾਂ ਹਲਕਾ ਜਿਹਾ ਅੱਗੇ ਵੱਲ ਪਾਉਣਾ ਇੱਦਾਂ ਬੈਂਡ, ਅਤੇ ਦੋਨੋਂ ਹੱਥ ਨੀਚੇ ਇੱਦਾਂ ਛੱਡ ਦੇਣੇ ਹੈ ਖੁੱਲ੍ਹੇ। ਅਤੇ ਆਪਾਂ ਕੀ ਕਰਨਾ, ਦੋਨੋਂ ਹੱਥ ਰਾਈਟ ਵਾਲੀ ਸਾਈਡ ਲੈ ਕੇ ਜਾਣੇ ਹੈ, ਅਤੇ ਇੱਥੇ ਮਾਰਨੀ ਹੈ ਚੁਟਕੀ 1। ਉਹ ਤੋਂ ਬਾਅਦ ਦੋਨੋਂ ਹੱਥ ਇੱਦਾਂ ਉੱਪਰ ਘੁਮਾ ਕੇ ਲੈ ਕੇ ਆਉਣੇ ਹੈ। ਜੋ ਰਾਈਟ ਹੈਂਡ ਹੈ ਉਹ ਰਹੇਗਾ ਛਾਤੀ ਦੀ ਲਾਈਨ 'ਚ, ਅਤੇ ਜੋ ਲੈਫਟ ਹੈਂਡ ਹੈ ਉਹ ਬਿਲਕੁਲ ਲੈਫਟ ਵਾਲੀ ਸਾਈਡ ਪੂਰਾ ਖੁੱਲ੍ਹ ਜਾਏਗਾ ਇੱਦਾਂ। ਇਹ ਹੋ ਜਾਏਗਾ ਆਪਣਾ 2, ਅਤੇ ਸੇਮ ਉੱਪਰੋਂ ਹੱਥ ਘੁਮਾ ਕੇ ਲੈ ਕੇ ਆਉਣੇ ਆ, ਬਿਲਕੁਲ ਲੈਫਟ ਵਾਲਾ ਰਹੇਗਾ ਸੇਮ ਛਾਤੀ ਦੀ ਲਾਈਨ 'ਚ, ਅਤੇ ਰਾਈਟ ਵਾਲਾ ਪੂਰਾ ਰਾਈਟ ਵਾਲੀ ਸਾਈਡ ਖੁੱਲ੍ਹ ਜਾਏਗਾ। ਇਹ ਹੋ ਜਾਏਗਾ ਆਪਣਾ 3, ਅਤੇ ਉਹ ਤੋਂ ਬਾਅਦ ਫਿਰ ਆਪਾਂ ਹੱਥ ਉੱਪਰ ਵੱਲ ਘੁਮਾਉਣੇ ਆ ਸੇਮ। ਇਹ ਹੋ ਜਾਏਗਾ ਆਪਣਾ 4, ਉਸ ਤੋਂ ਬਾਅਦ 1 ਆਪਣਾ ਉੱਪਰੀ ਹੋ ਜਾਏਗਾ 1, 2, 3, 4, 1, 2, 3, 4। ਇਹ 1, 2, 3, 4 'ਚ ਫਿਰ ਹੱਥ ਆਪਣੇ ਉੱਪਰ ਚੱਲਦੇ ਰਹਿਣੇ ਆ, ਠੀਕ ਹੈ। ਅਤੇ ਇਸ ਸਟੈਪ ਨੂੰ ਕਰਨ ਦਾ ਦੂਸਰਾ ਸਟਾਈਲ, ਦੂਸਰੇ ਸਟਾਈਲ 'ਚ ਆਪਾਂ ਕੀ ਕਰਨਾ, ਸੇਮ ਹੱਥ ਪੈਰ ਆਪਣੇ ਉੱਦਾਂ ਹੀ ਚੱਲਦੇ ਰਹਿਣਗੇ। ਆਪਾਂ ਬੈਂਡ ਲੈਣਾ ਸੇਮ ਉੱਦਾਂ ਹੀ ਲੈਣਾ, ਅਤੇ ਚੁਟਕੀ ਮਾਰਨੀ ਹੈ ਸੇਮ ਰਾਈਟ ਵਾਲੀ ਸਾਈਡ ਨੀਚੇ, ਉਹ ਵੀ ਸੇਮ ਮਾਰਨੀ ਹੈ। ਇਹ ਕਰਨਾ ਆਪਾਂ 1, 2, 3, 4। 4 ਤੋਂ ਬਾਅਦ ਕੀ ਕਰਨਾ, ਹੱਥ ਆਪਾਂ ਫਿਰ ਨੀਚੇ ਲੈ ਕੇ ਜਾਣੇ ਹੈ, ਪੂਰਾ ਬੈਂਡ ਪਾਉਣਾ ਹੈ, ਚੁਟਕੀ ਮਾਰਨੀ ਹੈ 1, 2, 3, 4। ਯਾਨੀ ਕਿ ਪਿਛਲੇ ਵਾਲੇ ਸਟੈਪ 'ਚ ਆਪਾਂ ਸਿਰਫ ਇੱਕ ਵਾਰ ਨੀਚੇ ਤੋਂ ਸਟੈਪ ਚੱਕਿਆ, ਉਹ ਤੋਂ ਬਾਅਦ ਆਪਾਂ ਉੱਪਰ ਕਰਦੇ ਰਹੇ ਹੈ। ਅਤੇ ਇਸ ਵਾਲੇ 'ਚ ਕੀ ਕਰਨਾ ਹੈ, ਆਪਾਂ ਨੀਚੋਂ ਸਟੈਪ ਚੱਕਿਆ 1, 2, 3, 4, ਉਸ ਤੋਂ ਬਾਅਦ ਫਿਰ ਆਪਾਂ ਨੀਚੇ ਤੋਂ ਚੱਕਣਾ ਹੈ, ਠੀਕ ਹੈ। ਅਤੇ ਮਿਕਸ ਕਰਦੇ ਹਾਂ, ਆ ਜਾਓ ਫਿਰ 1, 2, 3, 4, 1, 2, 3, 4। ਤੇ ਸਟੈਪ ਨੂੰ ਕਰਨ ਦਾ ਤੀਸਰਾ ਸਟੈਪ, ਇਹਦੇ 'ਚ ਆਪਾਂ ਕੀ ਕਰਨਾ, ਜੋ ਹੱਥ ਪੈਰ ਮੈਂ ਤੁਹਾਨੂੰ ਦੱਸਿਆ ਪਹਿਲੇ ਸਟੈਪਾਂ 'ਚ ਸੇਮ ਆਪਣੇ ਉੱਦਾਂ ਹੀ ਚੱਲਦੇ ਰਹਿਣੇ ਆ। ਆਪਾਂ ਕੀ ਕਰਨਾ, ਬੈਂਡ ਪਾਉਣਾ, ਚੁਟਕੀ ਮਾਰਨੀ ਹੈ ਰਾਈਟ ਵਾਲੀ ਸਾਈਡ 1, 2। ਇਹ 1, 2 ਹੋਏਗਾ ਆਪਣਾ ਫਰੰਟ ਸਾਈਡ, ਉਸ ਤੋਂ ਬਾਅਦ ਕੀ ਕਰਨਾ ਆਪਾਂ, 3 ਹੋਏਗਾ ਆਪਣਾ ਬਿਲਕੁਲ ਸਾਹਮਣੇ, 4 ਹੋਏਗਾ ਪਿੱਛੇ, 4 ਕਹਿ ਕੇ ਆਪਾਂ ਪੂਰੇ ਘੁੰਮ ਜਾਣਾ। ਉਹ ਤੋਂ ਬਾਅਦ ਫਿਰ ਆਪਾਂ ਪਿੱਛੇ ਜਾ ਕੇ ਸੇਮ ਸਟੈਪ ਚੱਕਣਾ ਹੈ 1, 2। ਇਹ 1, 2 ਆਪਣਾ ਪਿੱਛੇ ਹੀ ਹੋ ਜਾਏਗਾ। ਉਹ ਤੋਂ ਬਾਅਦ 3, 4, 3, 4 'ਚ ਆਪਾਂ ਬਿਲਕੁਲ ਜਿੱਥੋਂ ਆਪਾਂ ਚੱਲੇ ਹੈ ਉੱਥੇ ਵਾਪਸ ਆ ਜਾਣਾ, ਓਕੇ। ਅਤੇ ਮਿਕਸ ਕਰਦੇ ਹਾਂ, ਆ ਜਾਓ ਫਿਰ 1, 2, 3, 4, 1, 2, 3, 4। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ, ਕੁਝ ਨਹੀਂ ਸਮਝ ਲੱਗਦਾ ਤਾਂ ਕਮੈਂਟ ਕਰੋ, ਮੈਂ ਸੋਲਵ ਕਰਾਂਗਾ। ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰਨੀ ਹੈ, ਵੱਧ ਤੋਂ ਵੱਧ ਕਰਨੀ ਹੈ ਸ਼ੇਅਰ। ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਓਕੇ ਜੀ, ਥੈਂਕ ਯੂ, ਸ਼ੁਕਰੀਆ, ਮਿਹਰਬਾਨੀ, ਧੰਨਵਾਦ, ਰੱਬ ਰਾਖਾ।